ਸੀਗੀ ਜੀ ਅੱਜ ਵੇਟਿੰਗ ਚਲਾਉਣ ਵਾਸਤੇ, ਚਲਾਨ ਦੀ ਵੇਟ ਕਰਨ ਵਾਸਤੇ 26-2 ਤਰੀਕ ਪਾਈ ਆ ਜੱਜ ਸਾਹਿਬ ਨੇ, ਤੇ 26-2 ਪਾਈ ਆ। ਤੇ ਜਿਹੜੀ ਕੰਪਲੇਂਟ ਸੀਗੀ ਜਿਹੜੇ ਪੁਲਿਸ ਵਾਲਿਆਂ ਨੇ ਮਾਰਕੁੱਟ ਕੀਤੀ ਸੀ ਉਹਦੇ ਵਿੱਚ 24 ਜਨਵਰੀ ਤਰੀਕ ਪਾਈ ਆ, ਉਹਨਾਂ ਤੇ ਫਰਦਰ ਐਕਸ਼ਨ ਵਾਸਤੇ ਜਿਹੜੀ ਅਗਲੀ ਗਵਾਹੀ ਅਸੀਂ ਉਹਨਾਂ ਵਾਸਤੇ ਦੇਣੀ ਹੈ। ਦੋਵੇਂ ਤਰੀਕ ਪੈ ਗਈ ਆ, ਵੇਟਿੰਗ ਚਲਾਨ ਆ ਲਵੇ, ਚਲਾਨ ਚ ਆਉਣ ਤੋਂ ਬਾਅਦ ਅਸੀਂ ਚਾਰਜ ਤੇ ਬਹਿਸ ਕਰਾਂਗੇ, ਜਿਹੜੀ ਧਾਰਾਵਾਂ ਨੇ ਬਿਲਕੁਲ ਗਲਤ ਲੱਗੀਆਂ ਨੇ ਉਹ ਚਾਰਜ ਤੇ ਤੁੜਾਵਾਂਗੇ। ਗਗਨਪ੍ਰੀਤ ਜੀ, ਐਡਵੋਕੇਟ ਗਗਨਪ੍ਰੀਤ। ਅੱਜ ਸਰਦਾਰ ਗੁਰਦੀਪ ਸਿੰਘ ਖੋਸ਼ਾ ਅਤੇ ਸਰਦਾਰ ਮੀਤਪਾਲ ਸਿੰਘ ਜੀ ਦੁਗਰੀ, ਜਿਹਨਾਂ ਤੇ ਪਿਛਲੇ ਦਿਨੀ ਇਹ ਸਰਕਾਰ ਨੇ ਇੱਕ ਝੂਠਾ ਮੁਕੱਦਮਾ ਦਰਜ ਕੀਤਾ। ਆਜ਼ਾਦ ਭਾਰਤ ਵਿੱਚ ਹਰ ਵਿਅਕਤੀ ਨੂੰ ਆਪਣੇ ਭਾਵਨਾਵਾਂ ਪ੍ਰਗਟ ਕਰਨ ਦਾ ਹੱਕ ਆ। ਜਦੋਂ ਪਿਛਲੇ ਦਿਨੀ ਦਿੱਲੀ ਦੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਂਦੇ ਹੋਏ ਰਾਜੀਵ ਗਾਂਧੀ ਬਾਰੇ ਕੋਰਟ ਕੀਤਾ ਵੀ ਇਹਨਾਂ ਦੀ ਸਰਪ੍ਰਸਤੀ ਹੇਠ ਸਾਰਾ ਕੁਛ ਹੋਇਆ ਸੀ, ਸੁਭਾਵਿਕ ਗੱਲ ਆ ਵੀ ਕਿਸੇ ਵੀ ਇਨਸਾਨ ਜੋ ਗੈਰਤਮੰਦ ਆ ਉਹਦੇ ਮਨ ਦੀਆਂ ਭਾਵਨਾਵਾਂ ਭੜਕ ਸਕਦੀਆਂ ਨੇ ਉਸ ਵਿਅਕਤੀ ਖਿਲਾਫ ਜਿਹਨੇ ਹਜ਼ਾਰਾਂ ਦੀ ਤਾਦਾਦ ਵਿੱਚ ਕਤਲ ਕਰਾਏ ਹੋਣ ਅਤੇ ਉਹਨਾਂ ਨੂੰ ਸਰਪ੍ਰਸਤ ਦਿੱਤੀ ਹੋਵੇ, ਅਤੇ ਇਹਨਾਂ ਨੌਜਵਾਨਾਂ ਨੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਕਰ ਰੱਖ ਸਕਦੇ ਹੋਏ ਜੋ ਐਕਸ਼ਨ ਕੀਤਾ ਉਹ ਇੱਕ ਇਹਨਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸੀ। ਪਰ ਸਾਡੀ ਇਸ ਪੰਜਾਬ ਦੀ ਮੌਜੂਦਾ ਸਰਕਾਰ ਜੋ ਇਹਨਾਂ ਕਾਤਲਾਂ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬੜੇ ਲੰਬੇ ਸਮੇਂ ਤੋਂ, ਉਹਨਾਂ ਨੇ ਇਹਨਾਂ ਨੌਜਵਾਨਾਂ 'ਤੇ ਮੁਕੱਦਮਾ ਦਰਜ ਕਰਤਾ ਅਤੇ ਇਹਨਾਂ 'ਤੇ ਤਸੱਦਦ ਕੀਤਾ। ਅੱਜ ਤਰੀਕ ਸੀ, ਅਸੀਂ ਹਾਜ਼ਰੀ ਲਵਾਉਣ ਵਾਸਤੇ ਆਏ ਹਾਂ ਔਰ ਜਦੋਂ ਵੀ ਸਾਨੂੰ ਅਦਾਲਤ ਤਲਬ ਕਰੂਗੀ ਅਸੀਂ ਹਾਜ਼ਰ ਹਾਂ, ਕਿਉਂਕਿ ਅਸੀਂ ਅਦਾਲਤ ਦਾ ਅਤੇ ਕਾਨੂੰਨ ਦਾ ਸਨਮਾਨ ਕਰਦੇ ਹਾਂ, ਉਹਦੇ ਅਨੁਸਾਰ ਅਸੀਂ ਚੱਲਦੇ ਹਾਂ, ਉਹਦੇ ਅਨੁਸਾਰ ਸਾਡਾ ਦੇਸ਼ ਚੱਲਦਾ। ਪਰ ਜਿਹੜੀ ਕਾਂਗਰਸ ਆ ਇਹ ਕਾਨੂੰਨ ਦੀ ਪ੍ਰਵਾਹ ਨਹੀਂ ਕਰਦੀ, ਇਹ ਆਪਣੇ ਆਪ ਨੂੰ ਕਾਂਗਰਸ ਨੂੰ ਕਾਨੂੰਨ ਤੋਂ ਉੱਪਰ ਸਮਝਦੀ ਆ ਅਤੇ ਕਾਨੂੰਨ ਤੋਂ ਉੱਪਰ ਸਮਝ ਕੇ ਹੀ ਇਹਨਾਂ ਨੌਜਵਾਨਾਂ 'ਤੇ ਮੁਕੱਦਮਾ ਦਰਜ ਕੀਤਾ ਔਰ ਇਹਨਾਂ ਨੌਜਵਾਨਾਂ 'ਤੇ ਪ੍ਰੋਪਰਟੀ ਨੂੰ ਵੀ ਨੁਕਸਾਨ ਕੀਤਾ। ਅਤੇ ਇਹ ਕਾਂਗਰਸ ਦੀ ਜਿਹੜੀ ਸਭ ਤੋਂ ਵੱਡੀ ਕੋਝੀ ਸਾਡੇ ਨੌਜਵਾਨਾਂ ਦੇ ਉੱਤੇ, ਸਾਡੇ ਸਮਾਜ ਦੇ ਉੱਤੇ ਹਮੇਸ਼ਾ ਰਹੀ ਆ। ਅੰਗਰੇਜ਼ਾਂ ਦੀ ਨੀਤੀ ਦੇ ਅਨੁਸਾਰ ਇਹ ਚੱਲਦੇ ਹੋਏ ਉਹ ਕੁਰਕੀਆਂ ਕਰਦੇ ਸੀ, ਇਹਨਾਂ ਨੇ ਸਾਡੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਜਾਂ ਸਾਡੀ ਪ੍ਰੋਪਰਟੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਸੀਂ ਪ੍ਰਵਾਹ ਨਹੀਂ ਕਰਦੇ। ਦੇਖੋ ਜਿਹੜਾ ਮਾਮਲਾ ਰਾਜੀਵ ਗਾਂਧੀ ਦੇ ਬੁੱਤ ਵਾਲਾ ਸੀਗਾ ਮਾਮਲਾ, ਕਾਨੂੰਨ ਦੀਆਂ ਧੱਜੀਆਂ ਕਾਂਗਰਸ ਸਰਕਾਰ ਨੇ ਉਡਾਈਆਂ। ਜਿਹੜੇ ਬੰਦੇ ਕਾਤਲ ਹੈ ਉਹਨਾਂ ਨੂੰ 34-34 ਸਾਲ ਬਾਅਦ ਸਜ਼ਾਵਾਂ ਹੋ ਰਹੀਆਂ, ਉਹ ਵੀ ਲੁਕੋਇਆ ਜਾ ਰਿਹਾ ਕਾਂਗਰਸ ਸਰਕਾਰ ਵੱਲੋਂ। ਅਤੇ ਇਹ ਆਜ਼ਾਦ ਦੇਸ਼ ਆ, ਆਜ਼ਾਦ ਦੇਸ਼ 'ਚ ਅਸੀਂ ਇੱਕ ਪ੍ਰੋਟੈਸਟ ਕੀਤਾ, ਪੀਸਫੁਲੀ ਪ੍ਰੋਟੈਸਟ ਕੀਤਾ, ਪਰ ਉਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜਿੱਥੇ ਸਿੱਖ ਕਕਾਰਾਂ ਦੀ ਸਾਡੀ ਬੇਇੱਜ਼ਤੀ ਕੀਤੀ ਗਈ, ਬੇਅਦਬੀ ਕੀਤੀ ਗਈ ਆ, ਅਤੇ ਨਾਲ ਨਾਲ ਕੁੱਟਮਾਰ ਕੀਤੀ ਗਈ। ਅਤੇ ਉਲਟਾ ਕਾਂਗਰਸ ਸਰਕਾਰ ਜਿਹੜੇ ਲੋਕਾਂ ਨੇ ਬੇਅਦਬੀ ਕੀਤੀ ਹੈ, ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੈ ਕਾਂਗਰਸ ਸਰਕਾਰ, ਉਹਨਾਂ ਦੇ ਖਿਲਾਫ਼ ਕਦੀ ਕਾਰਵਾਈ ਨਹੀਂ ਹੋਈ। ਅੱਜ ਮੇਰੇ ਖਿਆਲ 15-16 ਦਿਨ ਹੋ ਚੁੱਕੇ ਆ, ਸਾਡੇ 'ਤੇ ਤਾਂ ਉਸੇ ਵੇਲੇ ਕਾਰਵਾਈ ਕਰ ਦਿੱਤੀ ਗਈ। ਜਿਹੜੇ ਲੋਕਾਂ ਨੇ ਉਦੋਂ ਧੱਜੀਆਂ ਕਾਨੂੰਨ ਦੀਆਂ ਉਡਾਈਆਂ ਉਹਨਾਂ 'ਤੇ ਅੱਜ ਤੱਕ ਕਾਰਵਾਈ ਨਹੀਂ ਹੋਈ। ਅਤੇ ਜਿਹੜੇ 34 ਸਾਲ ਦਾ ਜਿਹੜਾ ਸਾਡੀ ਡਿਮਾਂਡ ਹੈ, ਇਹ ਮਤ ਸੋਚਣ ਭੁਲੇਖੇ 'ਚ ਨਾ ਰਹਿਣ ਕਿ ਉਹ ਸੋਚਣਗੇ ਕਿ ਇਹਨਾਂ ਨੂੰ ਦੱਬ ਲਾਂਗੇ। ਨਹੀਂ, ਪੰਜਾਬੀ ਕਦੀ ਦੱਬੇ ਨਹੀਂ ਗਏ, ਹਮੇਸ਼ਾ ਇਨਕਲਾਬੀ ਰਹੇ, ਹਮੇਸ਼ਾ ਇਨਕਲਾਬ ਜ਼ਿੰਦਾਬਾਦ ਕਰਦੇ ਰਹਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਕੋਰਟ ਦੇ ਵਿੱਚ ਜਿਹੜੀ ਸਾਡੇ ਕੇਸ ਦੀ ਰਾਜੀਵ ਗਾਂਧੀ ਦੇ ਬੁੱਤ ਦੇ ਕਾਲਕ ਵਾਲੀ, ਉਹਦਾ 26-2 ਦੀ ਡੇਟ ਪਈ ਹੈ। ਅਤੇ ਜਿਹੜਾ ਅਸੀਂ ਕੰਪਲੇਂਟ ਕੀਤੀ ਸੀ, ਜਿਹੜੀ ਕੁੱਟਮਾਰ ਹੋਈ ਸੀ, ਜਿਹੜੀ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ, ਉਹਦੀ 24-1 ਪਈ ਆ। ਅਤੇ ਮੈਂ ਸਮਝਦਾ ਅਸੀਂ ਕਾਨੂੰਨ 'ਚ ਵਿਸ਼ਵਾਸ ਰੱਖਦੇ ਹਾਂ, ਦੂਜੇ ਪੱਖ ਵਾਲੇ ਬੰਦੇ ਪਹੁੰਚੇ ਨਹੀਂ, ਪਰ ਅਸੀਂ ਹਮੇਸ਼ਾ ਜਿੱਥੇ ਜਿੱਥੇ ਵੀ ਕਾਨੂੰਨ ਅਦਾਲਤ ਸਾਨੂੰ ਹੁਕਮ ਕਰੇਗੀ ਅਸੀਂ ਉੱਥੇ ਪਹੁੰਚ ਕੇ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨਾਂਗੇ।